ਜਲੰਧਰ ਦੇ ਕਸਬਾ ਫਲੋਰ ਦੇ ਪਿੰਡ ਚੱਕ ਸਾਬੂ ਵਿਖੇ ਇੱਕ ਔਰਤ ਨੇ ਆਪਣੇ ਪਤੀ ਤੇ 4 ਦਿਨਾਂ ਦੇ ਬੱਚੇ ਦੀ ਮੌਤ ਅਤੇ ਅਤਿਆਚਾਰ ਕਰਨ ਦੇ ਇਲਜ਼ਾਮ ਲਗਾਏ ਸਨ, ਜਿਸ ਦੇ ਚਲਦਿਆਂ ਬੱਚੇ ਦੀ ਮੌਤ ਹੋ ਗਈ ਸੀ ਅਤੇ ਉਸ ਨੂੰ ਕਬਰਿਸਤਾਨ ਦੇ ਵਿੱਚ ਦਫਨਾਇਆ ਗਿਆ ਸੀ। ਇਸੇ ਦੇ ਤਹਿਤ ਇੱਕ ਅਪੀਲ ਵੀ ਮਾਣਯੋਗ ਅਦਾਲਤ ਵਿੱਚ ਦਾਇਰ ਕੀਤੀ ਗਈ ਸੀ, ਜਿਸ ਦੇ ਚਲਦਿਆਂ ਮਾਣਯੋਗ ਅਦਾਲਤ ਨੇ ਬੱਚੇ ਦੀ ਪੋਸਟਮਾਰਟਮ ਦੀ ਗੱਲ ਕਹੀ ਹੈ, ਜਿਸ ਤੋਂ ਬਾਅਦ ਅਪਰਾ ਪੁਲਿਸ ਅਤੇ SDM ਸਮੇਤ ਬੱਚੇ ਨੂੰ ਕਬਰਿਸਤਾਨ ਦੇ ਵਿੱਚੋਂ ਕਢਵਾਇਆ ਗਿਆ ਅਤੇ ਉਸ ਨੂੰ ਮੋਰਚਰੀ ਦੇ ਵਿੱਚ ਰਖਵਾਇਆ ਗਿਆ। ਹਾਲਾਂਕਿ ਇਸ ਤੋਂ ਬਾਅਦ ਪੋਸਟਮਾਰਟਮ ਰਿਪੋਰਟ ਆਵੇਗੀ ਅਤੇ ਜਾਂਚ ਤੋਂ ਬਾਅਦ ਹੀ ਖੁਲਾਸਾ ਹੋਵੇਗਾ। ਹਾਲਾਂਕਿ ਉਕਤ ਆਰੋਪੀ ਪਤੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਕਿਆ ਨਾਮ ਹੈ ਤੇ ਕਿਆ ਹੋਇਆ? ਮੇਰਾ ਗਿਆ ਸਿੰਘ ਨਾਮ ਹੈ। ਹਾਂਜੀ, ਕੋਰਟ ਵਾਲਾ ਕੇ ਆਰਡਰ ਹੋਏ ਸੀ ਸਰ ਕਿ ਐਂਬੂਲੈਂਸ ਤੁਹਾਨੂੰ ਮਿਲੇਗੀ, ਵਹਾਂ ਸੇ ਤੁਮ ਲੈ ਆਨਾ ਯਹਾਂ ਪੇ ਕੋਰਟ ਮੇ ਲਾਨੇ ਕੇ ਲੀਏ। ਫਿਰ ਵਹਾਂ ਪੇ ਹਮਨੇ ਗਏ, ਵਹਾਂ ਤਾਂ ਕਹਿੰਦੇ ਕਾਗਜ ਐਂਬੂਲੈਂਸ ਨਹੀਂ ਮਿਲੀ। ਪੁਲਿਸ ਵਾਲਿਆਂ ਕੋ ਕਿਹਾ ਇਹ ਕੰਮ ਤੁਹਾਰਾ ਹੈ, ਹਮਾਰਾ ਨਹੀਂ ਹੈ। ਤੋ ਮੈਨੇ ਕਿ ਸਰ ਐਂਬੂਲੈਂਸ ਕੇ ਨਹੀਂ, ਤੁਮ ਆਪਣੇ ਆਪ ਲਿਆਓਗੇ। ਮੈਨੇ ਕਿ ਇਹ ਕੰਮ ਤੁਹਾਰਾ ਹੈ ਸਰ, ਕਾਗਜ ਹਮਾਰਾ ਨਹੀਂ ਹੈ, ਕੋਰਟ ਕੇ ਆਰਡਰ ਹੈ। ਤੋ ਉਹ ਬੋਲਤੇ ਹੈ ਕਿ ਨਹੀਂ ਇਹ ਕੰਮ ਹਮਾਰਾ ਨਹੀਂ, ਇਹ ਤੁਹਾਰਾ ਹੈ, ਹਮਾਰਾ ਨਹੀਂ ਹੈ ਇਹ ਕੰਮ, ਇਹ ਬੋਲਾ ਤਾ ਪੁਲਿਸ ਵਾਲੋ ਨੇ। ਤੋ ਆਰਡਰ ਕੀਆ ਤਾ ਪੁਲਿਸ ਵਾਲੇ ਕੀ ਡਿਊਟੀ ਲਗਾਇਆ ਤਾ ਐਂਬੂਲੈਂਸ ਕੀ ਸਹਾਇਤਾ ਸੇ ਆਪਕੋ ਲੈ ਆ ਜਾਏ ਕੋਰਟ ਮੇ? ਹਾਂਜੀ ਹਾਂਜੀ ਸਰ, ਫਿਰ ਹਮਾਰੇ ਕੋ ਐਂਬੂਲੈਂਸ ਨਹੀਂ ਮਿਲੀ, ਹਮ ਬੱਸ ਸੇ ਲੈ ਕੇ ਆਏ ਹਾਂ ਫਿਰ ਸਰ। ਬੱਸ ਮੇ ਆਏ ਹਾਂ, ਬੱਸ ਮੇ ਜੋ ਪੇਸ਼ੈਂਟ ਹੈ ਬੱਸ ਮੇ ਆਇਆ? ਹਾਂ ਬੱਸ ਮੇ ਆਇਆ ਸਾਹਿਬ, ਬਹੁਤ ਜ਼ਿਆਦਾ ਬੀਵੀਅਤ ਹਾਲੀਅਤ ਹੈ ਮੇਰੀ ਵੀ ਉਸਕੀ। ਫਿਰ ਅੱਜ ਆਪਕੋ ਕਿਸ ਲਈ ਬੁਲਾਇਆ ਕੋਰਟ ਮੇ? ਬਿਆਨ ਲੈਣੇ ਕੇ ਲੀਏ। ਬਿਆਨ ਲੈਣੇ ਕੀ ਹੈ? ਹਾਂਜੀ, ਜੋ ਪ੍ਰਸ਼ਾਸਨ ਨੇ ਆਪਕੀ ਸਹਾਇਤਾ ਕੀ? ਨਹੀਂ ਸਰ, ਹਮਾਰੀ ਕਿਆ ਸਹਾਇਤਾ ਹੋ ਰਹੀ ਹੈ? ਕੋਈ ਕੋਈ ਵਾਹਨ ਨਹੀਂ ਮਿਲ ਰਿਹਾ, ਨਹੀਂ ਕੁਛ ਮਿਲ ਰਿਹਾ। ਸਰਕਾਰ ਕੇ ਲੰਗਦਾ ਸਭ ਕੁਛ ਹੈ ਦੇਣੇ ਵਾਲੇ, ਵੈਸੇ ਆਨੇ ਕੋ ਫਿਰ ਹਮਾਰਾ ਤਾਂ ਕੋਈ ਸੁਣ ਹੀ ਨਹੀਂ ਰਿਹਾ ਹੈ ਸਰ, ਕਿ ਹਮ ਕਿਆ ਮੰਗ ਕਰੇ ਅਬ। ਹੈ ਇੱਕ ਮਾਮਲਾ ਸਾਹਮਣੇ ਆਇਆ ਬੱਚੇ ਦਾ, ਅੱਜ ਬੱਚੇ ਦੀ ਬੋਡੀ ਕੱਢੀ ਗਈ ਹੈ, ਕੀ ਸਰ ਤੁਹਾਡਾ ਨਾਮ ਹੈ ਤੇ ਤੁਸੀਂ ਅੱਜ ਇਹ ਚ ਮਾਨਯੋਗ ਕੋਰਟ ਵੱਲੋਂ ਹੁਕਮ ਹੋਏ ਸਨ ਕਿ SDM ਦੀ ਹਾਜ਼ਰੀ ਵਿੱਚ ਜਿਹੜੀ ਬੋਡੀ ਇੱਥੋਂ ਰਿਕਵਰ ਕਰਕੇ ਉਹਦਾ ਪੋਸਟਮਾਰਟਮ ਕਰਾਇਆ ਜਾਣਾ, ਅਤੇ ਉਹ ਮਾਨਯੋਗ ਆਪਣਾ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਅਸੀਂ ਪੁਲਿਸ ਪਾਰਟੀ ਦੇ ਨਾਲ ਅਤੇ ਕੰਪਲੇਨੈਂਟ ਦੀ ਹਾਜ਼ਰੀ ਦੇ ਵਿੱਚ ਜੋ ਬੱਚੇ ਦੀ ਬੋਡੀ ਇੱਥੇ ਦਫਨ ਕੀਤੀ ਸੀ ਉਹਨੂੰ ਅਸੀਂ ਰਿਕਵਰ ਕਰਕੇ ਅਤੇ ਪੋਸਟਮਾਰਟਮ ਲਈ ਲੈ ਕੇ ਜਾ ਰਹੇ ਹਾਂ। ਹਾਂਜੀ ਫਲੋਰ ਜਾ ਰਹੀ ਹੈ? ਹਾਂਜੀ, ਪੋਸਟਮਾਰਟਮ ਕਰਵਾਉਣ ਲੈ ਕੇ ਜਾ ਰਹੇ ਹਾਂ। ਫਲੋਰ? ਹਾਂਜੀ ਹਾਂਜੀ, ਸਿਵਲ ਹਸਪਤਾਲ ਫਲੋਰ।